ਆਪਣੇ ਗੁਰੂ ਨੂੰ ਛੱਡਣਾ ਨੀ ਤੇ ਹੋਰ ਕਿਸੇ ਨੂੰ ਪਿਆਰ ਕਰਨਾ ਦੇਖੋ ਆਪ ਜੀ ਸਿਆਣੇ ਉਮਰ ਤੋਂ ਵੱਧ ਉਮਰ ਵਾਲੇ ਹੋ ਕੁਛ ਕੰਮ ਆ ਜਿਹੜੇ ਇਹ ਵੀਰ ਕਰਦੇ ਕੁਛ ਤੁਸੀਂ ਕਰਦੇ ਕੁਛ ਮੈਂ ਕਰਦੇ ਹਾਂ ਇੱਦਾਂ ਕੁਛ ਦਾਤੇ ਦੀਆਂ ਖੇਡਾਂ ਵਾ ਉਹਨੇ ਕੋਈ ਰਚਾਉਣੀਆਂ ਵਾ ਉਹ ਜਦੋਂ ਰਚਾਉਣੀਆਂ ਵਾ
ਜੋ ਆਪਣਾ ਸਿੱਖ ਕੌਮ 'ਚ ਮੰਨਿਆ ਜਾਂਦਾ ਕਿ 96 ਕਰੋੜ ਖਾਲਸਾ ਸੱਜੇਗਾ ਅਤੇ ਆਏਗਾ, ਜਿਹੜੇ ਬੋਲ ਹੋਏ ਆ ਸਤਿਗੁਰੂ ਦੇ ਉਹ ਤਾਂ ਹੋਣਾ ਹੀ ਆ। ਨਾ ਡਿੱਗਾ ਤਿਆਂ ਵੇਖੇ, ਹੋ ਸਕਦਾ ਸਾਡੇ ਤੋਂ ਅੱਗੇ ਚਾਰ ਪੁਸ਼ਤਾਂ ਜੇ ਨਾ ਵੇਖਣ, ਇੱਕ ਸਮਾਂ ਜ਼ਰੂਰ ਆਏਗਾ, ਹੋ ਸਕਦਾ ਅਸੀਂ ਫਿਰ ਭਾਗਾਂ ਵਾਲੇ ਜਦੋਂ ਫਿਰ ਆਈਏ, ਹੋ ਕੇ ਨਹੀਂ ਇਹ ਵੀ ਤਾਂ ਹੋ ਸਕਦਾ ਨਾ, ਅਸੀਂ ਇੰਨੇ ਭਾਗਾਂ ਵਾਲੇ ਹੋ ਕੇ ਆਪਾਂ ਫਿਰ ਉਦੋਂ ਦਰਸ਼ਨ ਕਰਨ ਆਈਏ, ਆਪ ਜੀ ਤਾਂ ਅਸੀਂ ਆਈਏ। ਹਾਂਜੀ ਜਿਹੜੇ ਸਤਿਗੁਰ ਦੇ ਬੋਲ ਹਨ ਉਹਨਾਂ ਦੇ ਉੱਤੇ ਬਸ ਅਸੀਂ ਬੋਲੀ ਚੜ੍ਹਾਉਣੀ ਹੈ, ਕਿਉਂਕਿ ਦਾਤਾ ਜੀ ਅਸੀਂ ਤਾਂ ਇਹੀ ਕਹਿ ਸਕਦੇ ਮਹਾਰਾਜ ਕਿਤੇ ਜਦੋਂ 96 ਕਰੋੜ ਖਾਲਸਾ ਸਜਾਏ ਤਾਂ ਤੁਹਾਨੂੰ ਵੀ ਮੌਕਾ ਦੇ ਅਸੀਂ ਫਿਰ ਆ ਜਾਈਏ ਵਿੱਚ ਨਾ ਜੀ ਆਪਾਂ। ਅਤੇ ਇਹ ਜਿਹੜੇ ਬੋਲ ਹਨ ਦੇਖੋ, ਇਹ ਜ਼ਰੂਰ ਆ ਕਿ ਇਤਿਹਾਸ 'ਚ ਬਹੁਤ ਰਲੇ ਹੋਏ ਹਨ, ਇਹ ਹੋ ਸਕਦਾ ਕਿ ਅਸੀਂ ਇੱਕ ਦੂਜੇ ਨਾਲ ਝੂਠ ਬੋਲੀਏ, ਮਿਸਗਾਈਡ ਹੋ ਜਾਈਏ, ਪਰ ਜਿਹੜਾ ਬੋਲ ਸਤਿਗੁਰੂ ਦਾ ਹੋਇਆ ਚਾਹੇ ਇਕੱਲੇ ਬੈਠਿਆਂ ਦਾ ਹੋਇਆ, ਪੂਰਾ ਤਾਂ ਹੋਣਾ ਹੀ ਹੋਣਾ, ਉਹਦੇ ਚਾਹੇ ਕਿਤੇ ਲਿਖਿਆ ਅਤੇ ਚਾਹੇ ਨਹੀਂ ਲਿਖਿਆ, ਜਿਹੜਾ ਸਤਿਗੁਰ ਦੇ ਬਾਰੇ ਤੁਰਨਾ ਵੀ ਆਇਆ ਉਹ ਵੀ ਪੂਰਾ ਹੋਣਾ ਹੀ ਹੋਣਾ, ਜਿਹੜਾ ਇੱਕ ਵਾਰੀ ਉਹਨੇ ਗੁਰੂ ਹਰਿ ਸਾਹਿਬ ਗੋਬਿੰਦ ਸਿੰਘ ਜੀ ਸਾਡੇ ਚ ਮਹਾਰਾਜ ਨੇ ਇੱਕ ਪਾਠ ਜਿਹਾ ਕੱਢ ਦਿੱਤਾ, ਜਿਵੇਂ ਮੋਟਰਸਾਈਕਲ ਨਹੀਂ ਮੈਨੂੰ ਨਾ ਇੰਨਾ ਇੰਨੀ ਗੱਲ ਪਿਆਰੀ ਲੱਗੀ ਹੈ ਨਾ, ਮੈਂ ਕਹਿੰਦਾ ਤੁਸੀਂ ਤਾਂ 1.5 ਘੰਟਾ ਬੋਲਦੇ ਆ, ਮੈਂ ਕਹਿੰਦਾ ਤੁਸੀਂ 5 ਘੰਟੇ ਬੋਲੋ, ਸੱਚੀ ਗੱਲ ਆ ਮੈਨੂੰ ਤੁਹਾਡੀਆਂ ਗੱਲਾਂ ਬਿਲਕੁਲ ਬੜੀਆਂ ਬਹੁਤ ਹੀ ਪਿਆਰੀਆਂ, ਮੈਂ ਉਸ ਤੋਂ ਨਹੀਂ ਕਰਦਾ ਕਿਸੇ ਦੇ ਨਾਮ ਮੈਂ ਤਾਂ ਮੇਰੇ ਨੇ ਮੇਰੇ ਕਹਿੰਦਾ ਤੁਹਾਡੀ ਗੱਲ ਸਾਹਿਬ ਦੀਆਂ ਹੀ ਆ, ਕੋਸ਼ਿਸ਼ ਕਰੀਦਾ ਉਹਨਾਂ ਦਾ ਰਲਾ ਘੱਟ ਹੋਵੇ। ਮੈਂ ਕੱਲ ਪੁੱਛਿਆ ਹਰਪ੍ਰੀਤ ਨੂੰ, ਮੈਂ ਕਿਹਾ ਹਰਪ੍ਰੀਤ ਦੱਸੀ ਉਹਨਾਂ ਦੀ ਕੱਲ ਨੂੰ ਕਥਾ ਹੈ, ਹੁਣ ਮੈਨੂੰ ਤੁਹਾਡਾ ਲੱਗ ਗਿਆ ਪਤਾ ਕੱਲ ਵੀ ਤੁਹਾਡੀ ਕਥਾ ਹੈ, ਤੁਹਾਡੀ 11:30 ਉੱਥੇ ਵੀ ਦੱਸੋ ਮੈਂ ਉੱਥੇ ਜਾਣਾ, 11 ਤੋਂ 12 ਬਲੰਦਪੁਰੀਆਂ ਦੇ ਤੁਹਾਡੇ ਤਰੱਕੀ ਹੋਵੇ, ਤੁਹਾਡੀ ਬਹੁਤ ਜ਼ਿਆਦਾ ਹੋਵੇ, ਇਦੋਂ ਵੀ ਹੋਰ ਤਰੱਕੀ, ਸਾਨੂੰ ਤਾਂ ਇੰਨਾ ਹੀ ਪਤਾ ਹੈ ਕਿ ਜਦੋਂ ਅਸੀਂ ਪੰਕਤੀ ਪੜ੍ਹੀ ਨਾ ਸੇ ਜੰਤ ਪਏ ਹਰਿਆਲ ਦੇ, ਸਾਡੇ ਉਹਦੇ ਮਨ 'ਚ ਉਦੋਂ ਵੀ ਆਉਂਦਾ ਅੱਗੇ ਵੀ ਆਉਂਦਾ ਹੁੰਦਾ ਕਿ ਅਸੀਂ ਕੋਈ ਕੀੜੇ ਹੀ ਹੋਣੇ ਆ, ਤੇ ਸਤਿਗੁਰੂ ਜੀ ਦੇ ਲੰਘਦਿਆਂ ਦੀ ਕੋਈ ਨਜ਼ਰ ਪੈ ਗਈ ਸਾਨੂੰ, ਮਹਾਰਾਜ ਜਿਹੜੇ ਆ ਕਿਉਂਕਿ ਉਹ ਬਸ ਹੈ ਹੀ ਬਖਸ਼ਿਸ਼ਾਂ ਦਾ ਏਡਾ ਘਰ ਆ ਕਿ ਤੁਰੇ ਤੁਰੇ ਜਾਂਦੇ ਕਿ ਇਹਨਾਂ ਨੇ ਚਲੋ ਉਹ ਕੀੜੇ ਨੂੰ ਆਪਾਂ ਪਾਛੇ ਹੀ ਜਾਂਦੇ ਆ, ਇਹੀ ਤੇ ਕਰਾਮਾਤ ਹੁੰਦੀ ਹੈ। ਦੇਖੋ ਕੱਲ੍ਹ ਅਸੀਂ ਚਾਹ ਦੀ ਗੱਲ ਕੀਤੀ ਸੀ,
ਜਿੰਨਾ ਚਿਰ ਤੁਸੀਂ ਚਾਹ ਲੈਂਦੇ ਉਹਨਾਂ ਚਿਰ ਤੁਹਾਡੇ ਅੰਦਰ ਦੀ ਅਸਲੀ ਜਿਹੜੀ ਸ਼ਕਤੀ ਉਹ ਨਹੀਂ ਕੰਮ ਕਰਦੀ। ਜਿੰਨਾ ਚਿਰ ਤੁਸੀਂ ਦੋਸਤਾਂ ਮਿੱਤਰਾਂ ਤੇ ਦੁਨੀਆਂ ਦੀ ਆਸ ਰੱਖਦੇ ਉਹਨਾਂ ਚਿਰ ਗੁਰੂ ਦੀ ਸ਼ਕਤੀ ਨਹੀਂ ਕੰਮ ਕਰਦੀ। ਜਦੋਂ ਤੁਸੀਂ ਸਾਰਿਆਂ ਦੀ ਆਸ ਮੁਕਾ ਕੇ ਇੱਕ ਦੀ ਆਸ, ਆ ਪੰਕਤੀ ਆਈ ਸੀ ਪਹਿਲਾਂ ਵੀ, ਭੈ ਅਚਿੰਤ ਏਕ ਲਿਵ ਲਾਇਆ, ਅੱਜ ਜਿਹੜਾ ਪਹਿਲਾ ਸ਼ਬਦ ਸੀ ਨਾ ਪੂਰਾ ਆਪਾਂ ਕਰਨ ਰਹਿ ਗਏ ਉਹਦੇ ਵਿੱਚ ਇਹੀ ਸੀ ਕਿ ਜਦੋਂ ਇੱਕ ਦੇ ਨਾਲ ਜੁੜਦੇ ਆ ਨਾ ਫਿਰ ਉਹ ਦਾਤਾ ਖੜਕੇ ਕਰੋ ਖੇਡ ਲੈ ਮੇਰੀ ਗੱਲ ਸਮਝੇ ਨਾ। ਤੇ ਮਹਾਰਾਜ ਨੇ ਅੱਜ ਤੁਹਾਨੂੰ ਇਹੀ ਸਮਝਾਇਆ ਕਿ ਤੇਰੇ ਸਾਥੀਆਂ ਦਾ ਇੰਨਾ ਧਿਆਨ ਨਾ ਕਰਿਆ ਕਰ, ਉਹਨਾਂ ਨੇ ਆਪਣੇ ਆਪਣੇ ਰਾਹ ਜਾਣਾ ਹੈ, ਤੇਰਾ ਰਾਹ ਕੋਈ ਹੋਰ ਆਈ ਹੈ। ਬੱਚਿਆਂ ਦਾ ਪਰਸੋਂ ਕੈਂਪ ਲਾਉਣਾ ਤੇ ਡੇਢ ਘੰਟਾ ਅਸੀਂ ਇਹੀ ਸਿਖਾਉਣਾ ਬੱਚਿਆਂ ਨੂੰ, ਡੇਢ ਘੰਟਾ ਇਕੱਲੇ ਇਕੱਲੇ ਬੱਚੇ ਨੂੰ ਕਹਿਣਾ ਮਾਰ ਤੁਸੀਂ ਡਿਊਟੀ ਤੁਰ ਕੇ ਮੱਥਾ ਟੇਕੋ, ਉਹਨੇ ਮੱਥਾ ਟੇਕਣਾ, ਦੂਜੇ ਬੱਚੇ ਨੂੰ ਕਹਿਣਾ ਤੁਸੀਂ ਵੇਖੋ ਕੀ ਗਲਤੀ ਕੀਤੀ ਹੈ, ਇਹਨੇ ਸਹੀ ਕੀ ਕੀਤਾ, ਗਲਤ ਕੀ ਕੀਤਾ, ਉਹਦੀ ਡਿਸਕਸ਼ਨ ਕਰ ਕਰ ਮੇਰੀ ਬੱਚੀ ਮੇਰੇ ਤੋਂ ਪੁੱਛਦੀ ਹੈ ਨਾ ਜਦੋਂ ਉਹਨੂੰ ਕਹੀਦਾ ਗੁਰਦੁਆਰੇ ਇੱਦਾਂ ਬਹਿਣਾ ਇੱਦਾਂ ਕਰਨਾ ਕਾਹਤੋਂ ਕਰਨਾ, ਕਿੱਡੀ ਸੌਖੀ ਗੱਲ ਆ, ਮਤਲਬ ਇੱਥੇ 150 ਬੱਚਾ ਆਉਂਦਾ ਹੈ, ਉਹਨੂੰ 150 ਬੱਚੇ ਨੂੰ ਹੀ ਇੱਕ ਵਾਰੀ ਸਿਖਾ ਦਈਏ ਮਤਲਬ ਨਮਸਕਾਰ ਕਿੱਦਾਂ ਕਰਨੀ ਹੈ, ਅਤੇ ਮੁੜ ਕੇ ਉਹ ਟ੍ਰੇਨਡ ਹੋ ਗਿਆ, ਉਹ ਘਰੇ ਵੀ ਸਿਖਾਏਗਾ ਜਾ ਕੇ ਮਾਂ ਪਿਓ ਨੂੰ ਦੱਸੇਗਾ ਮਤਲਬ ਨਮਸਕਾਰ ਕਿੱਦਾਂ ਕਰਨਾ। ਚੈਨਲ ਚਲੋ ਮਾਰੇ ਇਹਦੇ ਵਿੱਚ ਸਾਰੀਆਂ ਠੀਕ ਹੈ ਜੀ, ਫਿਰ ਵਾਹਿਗੁਰੂ ਜੀ ਸਾਡਾ ਅੱਜ ਵਾਲੀ ਹੁਣ ਪਾਊਗੀ ਨਾ ਉੱਥੇ ਹੁੰਦੇ ਰਹੇ ਫੇਸਬੁੱਕ ਤੇ ਮੇਰਾ ਨਾਮ ਬਾਬਾ ਜੀ ਗੱਦੀ ਨਹੀਂ ਮਿਲੀ ਅੰਦਰ, ਗੱਦੀ ਹੈ ਨਹੀਂ ਅੰਦਰ, ਗੱਦੀ ਆਪਾਂ ਬੈਠੇ ਤੇ ਹੈਗੇ ਸੀ ਫੋਟੋ ਕਰਦੇ ਸਵੇਰੇ ਚਾਹੀਦੀ ਹੋਣੀ ਸੀ ਗੱਦੀ।